प्री प्राइमरी वर्कशॉप अंदर अध्यापन विधियां ते विस्तार सहित चर्चा कीती जांदी है। वर्कशॉप दा जरूरी सेशन राइम्स नन्हे उस्तादां दी वक्खरी दुनिया है। इस दुनिया विच प्रवेश करन लई राइम्स बहुत जरूरी है। अंग्रेजी हिंदी ते पंजाबी भाषा विच राइम्स एक तो पहला की आता है जा एक तो बाद की आता वो समझावे बच्चों। एक तो पहला जीरो ते एक तो बाद की आएगा दो आएगा। इस तरह ही छे तो पहला की आएगा पांच आएगा और छे तो बाद की आएगा सत्त आएगा। हाँ जी इस तरह इस मॉडल के आधार पर बच्चे जिहड़ा आ बिफोर ते आफ्टर कंसैप्ट जिहड़ा आ वो समझ जाएंगे। ਇਹ ਤੁਸੀਂ ਕਿੰਨੇ ਤੱਕ ਨੰਬਰ ਕਵਰ ਕਰਦੇ ਹੋ ਜੀ? ਹਾਂਜੀ ਸਰ ਇਹ 10 ਤੱਕ 10 ਦੇ ਅੱਗੇ ਕੀ ਆ ਤੇ 10 ਦੇ ਪਿੱਛੇ ਕੀ ਆ ਮਤਲਬ ਕਿ ਇਸ ਪੈਟਰਨ ਦੇ ਆਧਾਰ ਦੇ ਉੱਤੇ ਆਪਾਂ 10 ਤੋਂ ਅੱਗੇ ਜੇ ਸੰਖਿਆਵਾਂ ਨੂੰ ਲੈ ਕੇ ਜਾਣਾ ਹੋਵੇ ਹਾਂਜੀ ਸਰ ਉਹ ਫਰਦਰ ਆਪਾਂ ਬਣਾ ਸਕਦੇ ਤਾਂ ਉਹਨੂੰ ਵੀ ਅੱਗੇ ਬਣਾ ਸਕਦੇ ਆ। ਸਾਡਾ ਪਹਿਲੀ ਜਮਾਤ ਦਾ ਬੱਚਾ ਵੀ ਕਿਤੇ ਨਾ ਕਿਤੇ ਅੱਗੇ ਪਿੱਛੇ ਦੇ ਗਿਣਤੀ ਕਰਨ ਦੇ ਵਿੱਚ ਕਨਫਿਊਜ਼। ਹਾਂਜੀ ਰਜਨੀ ਮੈਡਮ ਸਵੱਦੀ ਖੁਰ ਤੋਂ ਇਹਨਾਂ ਨੇ ਮਾਡਲ ਬਣਾਇਆ ਜੀ, ਆਪਾਂ ਇਹਨਾਂ ਤੋਂ ਜਾਣਕਾਰੀ ਲੈਨੇ ਆ। ਹਾਂਜੀ ਮੈਡਮ ਇਹ ਕੀ ਕਨਸੈਪਟ ਆ ਜੀ? मैं बच्चों नू समा देखने दे लई ब्लॉग बनाया जिहदे विच जिहड़ी छोटी सुई है घंटिया नू रिप्रजेंट करती है जी, वड्डी सुई मिनटां दे हिसाब नाल जी 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 जी। तुसीं बच्चे नू किवें दसोगे कि हुण किन्ने वजे आ? बच्चे नू दसांगे कि जिवें इक ते चली गई सुई, मतलब वड्डी सुई इक ते जांदी है तां आपां इहनू इक नू पंज दे नाल गुणा करांगे जी, क्योंकि क्योंकि 12 तो एक दे विचाले 5 मिनट कवर कर ले जी। दो ते चली जांदी है तां दो नु 5 नाल गुणा करांगे तां दो 5 10 जी 10 मिनट हो गए। 4:10 10 मिनट जी जी। ते नाल नाल ए जिहड़ी सुई आ ए थोड़ा थोड़ा अग्गे नु हुंदी जाए। नीचे दी डिस्क्रिप्शन ऐड कीती आ जी, मैडम पढ़ दिओ जी एक बार। ए क्लॉक हैज मेनली टू हैंड्स, फर्स्ट इज आवर हैंड एंड इट इज अ स्मॉल हैंड and shows hours जी। second a minute hand, it is a large hand and shows minutes। हाँ जी आज दी प्री प्राइमरी वर्कशॉप दे विच साडे माणयोग बीपीओ सरदार देसराज सिंह जी भी मौजूद ने ते इस वर्कशॉप दे विच वख-वख मॉडल्स तैयार किए गए ने अध्यापकों वल्लों। आओ जी ये जनेतपुरे तो मैडम रविंदर कौर जी ने एक मॉडल बनाया, आप इहदे बारे जानकारी लैने। हाँ जी मैडम जी की चीज़ है जी ये? डेज ऑफ वीक का बच्चों नू मतलब कि ये की आ कि डेज ऑफ वीक आ जिहड़ा बच्चा मतलब डेली डेली जो रिपीट करेगा तो बड़े ईजली उन्होंने मैमोराइज हो जाएंगे, उन्होंने पता लगेगा कि देयर आर 7 डेज इन अ वीक। ਤੁਸੀਂ ਜਦੋਂ ਜਿਹੜੀ ਪ੍ਰੀ ਪ੍ਰਾਇਮਰੀ ਦੇ ਬੱਚੇ ਜਦੋਂ ਆਉਂਦੇ ਆਪਾਂ ਦੋ ਗੱਲਾਂ ਕਰੀਏ ਵਾਲਾ ਕਨਸੈਪਟ ਆ ਉਹਦੇ ਵਿੱਚ ਬੱਚੇ ਨੂੰ ਪੁੱਛਾਂਗੇ ਕਿ ਵਟ ਇਜ਼ ਦਾ ਡੇ ਟੂ ਡੇ ਬੇਟਾ, ਤਾਂ ਫਿਰ ਉਹ ਦੱਸੂਗਾ ਤਾਂ ਉਸਦੇ ਉਹਦੇ ਨਾਲ ਹੀ ਆਪਾਂ ਨੂੰ ਯੈਸਟਰਡੇ ਵਟ ਵਾਸ ਦ ਡੇ ਯੈਸਟਰਡੇ ਐਂਡ ਵਟ ਵਿਲ ਬੀ ਦ ਡੇ ਟੁਮੋਰੋ, ਤਾਂ ਉਹਦੇ ਨਾਲ ਕੀ ਆ ਕਿ ਬੱਚਾ ਵਾ ਬੜਾ ਈਜ਼ਲੀ ਜਦੋਂ ਦੱਸੂਗਾ ਕਿ ਮੰਡੇ ਮੈਮ, ਟਿਊਜ਼ਡੇ, ਵੈਨਸਡੇ, ਥਰਸਡੇ, ਸੋ ਇਹਦੇ ਨਾਲ ਕੀ ਆ ਕਿ ਬੱਚੇ ਨੂੰ 7 ਦੇ ਜਿਹੜੇ ਡੇਜ਼ ਆਫ ਵੀਕ ਆ ਬੜੇ ਈਜ਼ਲੀ ਮਤਲਬ ਜਿਹੜੀ ਪੱਟੀ ਹੈ ਜਿਵੇਂ ਅੱਜ ਦਿਨ ਹੈਗਾ ਯੈਸਟਰਡੇ ਵਾਸ ਮੰਡੇ ਯੈਸਟਰਡੇ ਵਾਸ ਮੰਡੇ ਠੀਕ ਹੈ ਜੀ, ਟੂਡੇ ਇਜ਼
ट्यूजडे बच्चा इन्हां पट्टियां दे विचों ढुकवीं जिहड़ी पट्टी आ ओनू रोटेट करके सामने ले आऊगा ते जिहड़ा वी दिन आ उहदे सामने आ जाऊगा ते इसे तरह जी आपां जिहड़ा प्रीवियस मंथ है ਨੰਗਿਆ ਤੇ ਆਉਣ ਵਾਲਾ ਇਹਨੂੰ ਮਹੀਨਿਆਂ ਦੇ ਰੂਪ ਦੇ ਵਿੱਚ ਵੀ ਆਪਾਂ ਇਹਨੂੰ ਕਨਵਰਟ ਕਰ ਸਕਦੇ ਹਾਂ ਜੀ ਕਨਸੈਪਟ ਕਲੀਅਰ ਹੋ ਜਾਂਦਾ ਵੀ ਹੈ ਤਾਂ ਸਾਰੇ ਕੁਐਸਚਨ ਹੀ ਨੇ ਪਰ ਹਰੇਕ ਦੇ ਅਲੱਗ ਅਲੱਗ ਨੇ ਜਿਵੇਂ ਜਿਵੇਂ ਪਹਿਲਾਂ ਆਪਾਂ ਬੱਚੇ ਵਾਟ ਇਜ਼ ਯੂਅਰ ਵਾਟ ਲਾਈਕ ਵਾਟ ਇਜ਼ ਯੂਅਰ ਨੇਮ ਤੁਹਾਡਾ ਨਾਮ ਹਾਊ ਆਰ ਯੂ ਤੁਸੀਂ ਕਿਵੇਂ ਹੋ ਵੇਅਰ ਇਜ਼ ਯੂਅਰ ਹੋਮ ਬੱਚੇ ਨੇ ਪੁੱਛ ਸਕਦੇ ਹਾਂ ਜੀ ਮਤਲਬ ਤੁਸੀਂ ਕੁਐਸਚਨ ਮਾਰਕ ਬਣਾਈ ਆ ਸਾਰੇ ਸਵਾਲ ਪੁੱਛਦੇ ਹੋ ਹਾਂਜੀ ਹਾਂਜੀ ਪ੍ਰੀ ਪ੍ਰਾਇਮਰੀ ਦੋ ਗੱਲਾਂ ਕਰੀਏ ਦਾ ਜਿਹੜਾ ਕਨਸੈਪਟ ਆ ਅਸੀਂ ਇੱਕ ਵਿਸ਼ੇ ਨੂੰ ਲੈ ਕੇ ਸਵਾਲ ਪੁੱਛਦੇ ਹਾਂਜੀ ਹਾਂਜੀ ਆਰ ਯੂ ਹੈਪੀ ਹਾਂਜੀ ਆਰ ਯੂ ਹੈਪੀ ਵੀ ਕੁਝ ਵੀ ਪੁੱਛ ਸਕਦੇ ਜੀ ਜੀ ਵਿਚ ਇਜ਼ ਯੂਅਰ ਫੇਵਰਟ ਫੂਡ ਹਾਂਜੀ ਵਿਚ ਇਜ਼ ਯੂਅਰ ਫੇਵਰਟ ਹੂ ਇਜ਼ ਯੂਅਰ ਬੈਸਟ ਫਰੈਂਡ ਹਾਂਜੀ ਹੂ ਇਜ਼ ਯੂਅਰ ਬੈਸਟ ਫਰੈਂਡ ਡੂ ਯੂ ਵਾਂਟ ਟੂ ਗੋ ਟੂ ਸਕੂਲ ਬੱਚੇ ਨੂੰ ਪੁੱਛ ਸਕਦੇ ਕਿ ਤੁਸੀਂ ਸਕੂਲ ਜਾਣਾ ਪਸੰਦ ਕਰਦੇ ਹੋ ਜੀ ਜੀ ਮਤਲਬ ਸਾਰੇ ਵਰਡ ਤੁਸੀਂ ਇਹ ਕੁਐਸਚਨ ਨਾਲ ਸੰਬੰਧਿਤ ਬਣਾਏ ਨੇ ਕਿ ਬੱਚੇ ਨੂੰ ਅਸੀਂ ਦੋ ਗੱਲਾਂ ਕਰੀਏ ਦੇ ਕਨਸੈਪਟ ਦੇ ਵਿੱਚ ਅਲੱਗ ਅਲੱਗ ਸਵਾਲ ਪੁੱਛਦੇ ਹਾਂ ਅਸੀਂ ਪੰਜਾਬੀ ਮਾਤ ਭਾਸ਼ਾ 'ਚ ਹੀ ਗੱਲ ਕਰਦੇ ਹਾਂ ਤੁਸੀਂ ਮਾਡਲ ਇੰਗਲਿਸ਼ 'ਚ ਬਣਾਇਆ ਹਾਂਜੀ ਇਹ ਇੱਕ ਵਰਕਿੰਗ ਮਾਡਲ ਆ ਇਹਦੇ ਰਾਹੀਂ ਅਸੀਂ ਨਿਕਟੀ ਕਰਨ ਦਾ ਕਨਸੈਪਟ ਬੱਚਿਆਂ ਨੂੰ ਕਲੀਅਰ ਕਰਵਾ ਸਕਦੇ ਹਾਂ ਇਹਦੇ ਵਿੱਚ 10 ਤੋਂ ਲੈ ਕੇ 20 ਤੱਕ ਨੰਬਰ ਲਿਖੇ ਹੋਏ ਨੇ ਅਤੇ ਇਹਦੇ ਵਿੱਚ 15 ਜਿਹੜਾ ਆ ਉਹ ਇਹਨਾਂ ਦੇ ਸੈਂਟਰ ਵਿੱਚ ਆਉਂਦਾ 10 ਤੋਂ ਲੈ ਕੇ 20 ਤੱਕ ਦੇ ਸੈਂਟਰ ਵਿੱਚ 15 ਆ ਜਾਂਦਾ ਹੈ ਇਹਦੇ ਨਾਲ ਅਸੀਂ ਇਸ ਤਰ੍ਹਾਂ ਬੱਚਿਆਂ ਨੂੰ ਕਲੀਅਰ ਕਰਵਾ ਸਕਦੇ ਹਾਂ ਕਿਸੇ ਵੀ ਇੱਕ ਡਿਜ਼ਿਟ ਦੇ ਉੱਪਰ ਆਪਾਂ ਇਹ ਰੋਲ ਰੱਖਦੇ ਹਾਂ ਹੁਣ ਇੱਥੇ 16 ਆ ਜਾਂਦਾ ਹੈ 16 ਅਸੀਂ ਦੇਖਣਾ ਆ ਕਿ ਇਹ 10 ਦੇ ਨੇੜੇ ਆ ਜਾਂ 20 ਦੇ ਨੇੜੇ ਆ ਇਹ ਦੇਖਣ ਲਈ ਅਸੀਂ ਇੱਥੋਂ ਨੂੰ ਛੱਡਦੇ ਹਾਂ ਇਸ ਤਰ੍ਹਾਂ ਇਹ 20 ਦੇ 20 ਵਾਲੇ ਪਾਸੇ ਨੂੰ ਆ ਗਿਆ ਇਟ ਮੀਨਸ ਜਿਹੜਾ ਇਹਦਾ ਨੇੜਲਾ ਨਿਕਟੀ ਕਰਨ ਸੰਖਿਆ ਉਹ 20 ਹੈ ਜੀ ਹੁਣ ਅਸੀਂ 13 ਦੇਖਾਂਗੇ ਕਿ ਇਹ 10 ਦੇ ਨੇੜੇ ਆ ਜਾਂ 20 ਦੇ ਨੇੜੇ ਇਹਦੇ ਲਈ ਦੇਖਣ ਲਈ ਅਸੀਂ ਇਹਨੂੰ ਛੱਡਦੇ ਹਾਂ ਜੀ ਮਤਲਬ ਕਿ ਬੱਚਾ ਆਪਣ ਇਹਦੀ ਦੂਰੀ ਤੋਂ ਵੀ ਅੰਦਾਜ਼ਾ ਲਾ ਲੂ ਕਿ ਜਿਹੜਾ 13 ਵਾਂ ਉਹ ਦੂਰੀ ਦੇ ਮੁਤਾਬਕ ਵੀ ਇਹਦੇ ਨੇੜੇ ਆ ਤੇ ਇਧਰੋਂ ਆ ਡਿਸਟੈਂਸ ਕਿਉਂਕਿ ਮਿਡ ਆ ਜਿਹੜਾ ਉਹ 15 ਉਹ ਮਿਡ ਤੋਂ ਇਧਰਲੇ ਪਾਸੇ ਚਲਾ ਗਿਆ ਜਿਹਦੇ ਨੇੜੇ ਆ ਉਹ ਦੂਰੀ ਨੂੰ ਦੇਖ ਕੇ ਵੀ ਅੰਦਾਜ਼ਾ ਲਾ ਸਕਦਾ ਉਹਨੂੰ ਸੰਖਿਆ ਦੀ ਵੀ ਪਛਾਣ ਹੋ ਰਹੀ ਹੈ ਤੇ ਉਹ ਇੱਕ ਖੇਡ ਵੀ ਖੇਡ ਰਿਹਾ ਤੇ ਖੇਡ ਖੇਡ ਦੇ ਵਿੱਚ ਸਿੱਖ ਰਿਹਾ ਹੈ ਦੇਖੋ ਇਸ ਤਰ੍ਹਾਂ ਚੱਕੀ ਘੁੰਮ ਰਹੀ ਹੈ ਤਾਂ ਡਾਇਨਮੋ ਦੀ ਸਹਾਇਤਾ ਦੇ ਨਾਲ ਬਿਜਲੀ ਪੈਦਾ ਆਪਾਂ ਕਰ ਸਕਦੇ ਹਾਂ ਥੈਂਕਸ ਰਲ ਕੇ ਸਿੱਖੀਏ ਦੇ ਕਨਸੈਪਟ ਦੇ ਆਧਾਰ ਤੇ ਕਰਨ ਜਾ ਰਹੇ ਹਾਂ ਵਰਗੀਕਰਨ ਤੇ ਸ਼ਾਟੀਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਜੀ ਜੀ ਵਰਗੀਕਰਨ ਅਤੇ ਛਾਂਟਣਾ ਤੇ ਵਿਕਾਸ ਇਹਦੇ ਨਾਲ ਜਿਹੜਾ ਹੁੰਦਾ ਉਹ ਹੈਗਾ ਜੀ ਬੌਧਿਕ ਵਿਕਾਸ ਜੀ ਮੈਡਮ ਕਿਵੇਂ ਕਰੋਗੇ ਜੀ ਹਾਂਜੀ ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਕਲਰ ਪਏ ਨੇ ਇਹਨਾਂ ਵਿੱਚੋਂ ਨੀਲਾ ਰੰਗ ਇਹ ਮੈਡਮ ਅਲੱਗ ਕਰਨਗੇ ਲਾਲ ਰੰਗ ਮੈਂ ਅਲੱਗ ਕਰੂੰਗੀ ਤਾਂ ਹਰਾ ਰੰਗ ਸਬਜੈਕਟ ਮੈਡਮ ਅਲੱਗ ਕਰਦਾ ਜੀ ਵਰਗੀਕਰਨ ਰੰਗਾਂ ਦੇ ਆਧਾਰ ਤੇ ਹੋ ਰਿਹਾ ਜੀ ਅਧਿਆਪਕ ਹਰ ਗਤੀਵਿਧੀ ਨੂੰ ਆਪ ਕਰਦੇ ਹਨ ਜੀ ਅਧਿਆਪਕਾਂ ਅੰਦਰ ਕਿਸੇ ਗਤੀਵਿਧੀ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਲੈਪਿੰਗ ਕਰ ਦਿਓ ਜੀ ਇਸੇ ਤਰ੍ਹਾਂ ਡੇਲੀ ਸਲਾਈਡ ਆਉਂਦੀ ਸੀ ਬੱਚਿਆਂ ਤੱਕ ਮਾਪਿਆਂ ਤੱਕ ਸਾਡੇ ਅਧਿਆਪਕ ਸਹਿਬਾਨ ਪਹੁੰਚਾਉਂਦੇ ਰਹੇ ਆ ਉਹਨਾਂ ਨੂੰ ਘਰੇ ਬੈਠੇ ਹੀ ਘਰੇ ਬੈਠੇ ਬੱਚਿਆਂ ਨੂੰ ਕੰਮ ਕਰਵਾਇਆ ਵਿਭਾਗ ਵੱਲੋਂ ਦਿੱਤੇ ਜਾਂਦੇ ਐਕਟੀਵਿਟੀ ਪਲੈਨਰ ਗਤੀਵਿਧੀ ਕੈਲੰਡਰ ਅਤੇ ਅਧਿਆਪਕ ਮੈਨੂਅਲ ਅੰਦਰ ਸਾਰੀਆਂ ਗਤੀਵਿਧੀਆਂ ਵਿਸਥਾਰ ਸਹਿਤ ਦਿੱਤੀਆਂ ਜਾਂਦੀਆਂ ਹਨ ਸੈਸ਼ਨ ਦੇ ਮੁੱਢ ਵਿੱਚ ਹੀ ਵਰਕਸ਼ਾਪ ਦੇ ਇਸ ਉਪਰਾਲੇ ਨਾਲ ਅਧਿਆਪਕ ਸਾਰਾ ਸਾਲ ਬੱਚਿਆਂ ਨੂੰ ਸਿਲੇਬਸ ਕਰਾਉਣ ਵਾਸਤੇ ਤਿਆਰ ਹੋ ਗਏ ਹਨ